ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਗੁਰਦਾਸਪੁਰ ਵਿੱਚ ਵੱਖ ਵੱਖ ਥਾਵਾਂ ਉੱਤੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਦੇ ਸਮਰਥਕ ਵੀ ਮੌਜੂਦ ਸਨ। ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਵਿਕਾਸ ਕਾਰਜ ਲਗਾਤਾਰ ਚੱਲ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਦਿੱਲੀ ਤੋਂ ਜੈਪੁਰ ਬੱਸ ਸਟੈਂਡ ਅਤੇ ਅੰਡਰ ਬ੍ਰਿਜ ਜਲਦ ਹੀ ਬਣ ਕੇ ਤਿਆਰ ਹੋ ਜਾਵੇਗਾ। ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮਿਲ ਕੇ ਸ਼ਹਿਰ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਹਲਕਾ ਵਾਸੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਦੁਬਾਰਾ ਵਿਧਾਇਕ ਬਣਨ ਦਾ ਮੌਕਾ ਦਿੱਤਾ ਔਰ ਪਿਛਲੇ 5 ਸਾਲ ਮਿਹਨਤ ਕੀਤੀ ਸੀ ਅਤੇ ਔਰ ਇਹਨਾਂ ਨੇ ਇਸ ਮਿਹਨਤ ਦਾ ਮੁੱਲ ਪਾ ਕੇ ਮੈਨੂੰ ਦੁਬਾਰਾ ਵਿਧਾਨ ਸਭਾ 'ਚ ਭੇਜਿਆ ਔਰ ਮੈਂ ਇਹ ਜਿਹੜੀ ਕਲੋਨੀ ਜਿੱਥੇ ਖੜ੍ਹੇ ਹਾਂ ਨਾਗ ਦੇਵਤਾ ਵਾਲੀ ਕਲੋਨੀ ਇਹਨੂੰ ਕਹਿੰਦੇ ਆ ਔਰ ਜਦੋਂ ਵੀ ਇੱਥੋਂ ਪਿੰਡ ਤੋਂ ਸ਼ਹਿਰ ਨੂੰ ਜਾਂਦੇ ਸੀ ਮੈਂ ਇਹਦੇ 'ਚ ਕਦੇ ਇੱਟ ਲੱਗੀ ਨਹੀਂ ਸੀ ਵੇਖੀ ਪਰ ਕਈ ਵਾਰ ਇਹਦੇ 'ਚ ਕਈ ਤਰ੍ਹਾਂ ਦੀਆਂ ਅੜਚਣਾਂ ਦੱਸਦੇ ਸੀਗੇ ਕਿ ਲੀਡਰ ਅੱਗੇ ਪਹਿਲੇ ਕਿ ਇੱਥੇ ਜੀ ਆਹ ਨਹੀਂ ਹੋ ਸਕਦਾ ਇੱਥੇ ਇੱਦਾਂ ਪੈਸਾ ਨਹੀਂ ਲੱਗ ਸਕਦਾ ਚਲੋ ਆਪਾਂ ਨੁਮਾਇੰਦਾ ਚੁਣਦੇ ਇਸ ਕਰਕੇ ਹਾਂ ਕਿ ਜਦੋਂ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਉਹ ਨੁਮਾਇੰਦੇ ਦਾ ਫਰਜ਼ ਬਣਦਾ ਕਿ ਉਹਨੂੰ ਹੱਲ ਕਰਾਉਣ ਔਰ ਇਹਦੇ ਵਿੱਚ ਅਹਿਮ ਯੋਗਦਾਨ ਜਿਹੜਾ ਸਾਡੇ ਤੁਹਾਡੇ ਪ੍ਰਧਾਨ ਜੀ ਜਿਹੜੇ ਕਮੇਟੀ ਦੇ ਬਲਜੀਤ ਸਿੰਘ ਪਾੜਾ ਜਿਨ੍ਹਾਂ ਨੇ ਬੜਾ ਇੰਟਰਸਟ ਲਿਆ ਨਾਲ MC ਸਾਹਿਬ ਵੀ ਪਿੱਛੇ ਚੜ੍ਹ ਕੇ ਸਾਰੇ ਹੀ ਇਹਨਾਂ ਨੇ ਇਸ ਏਰੀਏ ਦੇ ਵਿੱਚ ਤਕਰੀਬਨ 25-25 ਲੱਖ ਦੇ ਆਪਾਂ 2 ਟੈਂਡਰ ਖਰੀਦੇ ਸੀਗੇ ਔਰ ਪੱਥਰ ਤਾਂ ਪਹਿਲਾਂ ਪੈ ਗਿਆ ਸੀ ਹੁਣ ਪ੍ਰੀਮਿਕਸ ਪਾਈ ਆ ਔਰ ਨਾਲ ਹੀ ਮੈਂ ਇਹ ਵੀ ਵਿਸ਼ਵਾਸ ਦਿਵਾਉਂਦਾ ਕੁਛ ਗਲੀਆਂ 1-2 ਰਹਿ ਗਈਆਂ ਜਿਹੜੀਆਂ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਉਹਨਾਂ ਦਾ ਵੀ ਕੰਮ ਕੰਪਲੀਟ ਕੀਤਾ ਜਾਊਗਾ। ਬਾਕੀ ਮੈਂ ਇਹ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਪਿਛਲਾ ਜਿਹੜਾ ਸਮਾਂ ਨਿਕਲਿਆ 14-15 ਮਹੀਨੇ ਸਰਕਾਰ ਦਾ ਨਵੀਂ ਸਰਕਾਰ ਦਾ ਮੈਂ ਕਦੇ ਵੀ ਕਿਸੇ ਦੇ ਇੰਡੀਵਿਜੁਅਲੀ ਕੋਈ ਬਹੁਤਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਕਿਉਂਕਿ ਬੇਸਿਕਲੀ ਅਸੀਂ ਜਿਹੜੀ ਪੋਲੀਟਿਕਸ ਆ ਇਹਨੂੰ ਅਸੀਂ ਗਲਤ ਬੰਨੇ ਨੂੰ ਲੈ ਚੁੱਕੇ ਹਾਂ ਕਿਉਂਕਿ ਇਹਦੇ ਕਾਰਨ ਹੀ ਆ ਕੁਛ ਲੀਡਰ ਜਿਹੜੇ ਆ ਉਹ ਵਿਧਾਨ ਸਭਾ ਦਾ ਮੂੰਹ ਨਹੀਂ ਦੇਖ ਪਾਉਂਦੇ। ਸੋ ਮੈਂ ਇਹ ਸਮਝਦਾ ਕਿ ਸਾਨੂੰ ਲੋਕਾਂ ਨੇ ਜਦੋਂ ਚੁਣਦੇ ਅਸੀਂ ਡਿਵੈਲਪਮੈਂਟ ਦੀ ਗੱਲ ਕਰੀਏ ਅਸੀਂ ਲੋਕਾਂ ਦੀ ਮੁਸ਼ਕਲਾਂ ਦੀਆਂ ਜਿਹੜੇ ਹੱਲ ਕਰੀਏ ਤਾਂ ਹੀ ਲੋਕ ਦੁਬਾਰਾ ਚੁਣਦੇ ਔਰ ਲੋਕਾਂ ਨੂੰ ਆਸ ਅਤੇ ਉਮੀਦ ਹੋਣੀ ਚਾਹੀਦੀ ਆ ਲੀਡਰ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਜੋ ਲੀਡਰ ਕਹਿੰਦੇ ਆ ਇਹ ਕਰਦੇ ਨੇ ਤਾਂ ਹੀ ਲੋਕ ਮੌਕਾ ਦਿੰਦੇ ਨੇ। ਸੋ ਮੈਂ ਕੁਛ ਲੀਡਰਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਆਪਾਂ ਲੋਕਾਂ ਦੀਆਂ ਆਸਾਂ ਮੁਤਾਬਕ ਕੰਮ ਕਰੀਏ ਅਤੇ ਜੋ ਲੋਕ ਸਾਨੂੰ ਵਿਧਾਨ ਸਭਾ ਜਿਵੇਂ ਭੇਜਦੇ ਨੇ ਵਿਧਾਨ ਸਭਾ ਦੇ ਵਿੱਚ ਆਪਣੇ ਇਲਾਕੇ ਦੀ ਗੱਲ ਚੁੱਕੀ ਆਵਾਜ਼ ਚੱਕੀਏ। ਸੋ ਮੈਂ ਫਿਰ ਇੱਕ ਵਾਰ ਸਾਰੇ ਹੀ ਜਿੰਨੇ ਵੀ ਇੱਥੇ ਸੰਗਤ ਖੜ੍ਹੀ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਦੀ ਬਦੌਲਤ ਮੈਂ ਉਦਘਾਟਨ ਕਰਨ ਜ਼ਰੂਰ ਆਇਆ ਮੈਂ ਇਹ ਕੰਮ ਜ਼ਰੂਰ ਕਰਾਇਆ ਪਰ ਇਹਨਾਂ ਨੇ ਇਸ ਲਾਇਕ ਬਣਾਇਆ ਪਾੜਾ ਪਰਿਵਾਰ ਨੂੰ ਪ੍ਰਧਾਨ ਜੀ ਬਲਜੀਤ ਨੂੰ ਔਰ ਮੈਨੂੰ ਵਿਧਾਨ ਸਭਾ 'ਚ ਭੇਜਣ ਵਾਲੀ ਇਹ ਸੰਗਤ ਆ। ਸੋ ਮੈਂ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਪੂਰਨ ਵਿਸ਼ਵਾਸ ਦਿਵਾਉਂਦਾ ਕਿ ਇਹ ਕੰਮ ਨਿਰੰਤਰ ਚੱਲਦੇ ਰਹਿਣਗੇ ਚਾਹੇ ਲੱਖ ਅੜਚਣਾ ਕੋਈ ਪਾ ਕੇ ਵੇਖਣ ਅੜਚਣਾ ਕੱਢਣੀਆਂ ਵੀ ਆਉਂਦੀਆਂ ਅਤੇ ਅੜਚਣਾ ਜਿਹੜੇ ਪਾਉਂਦੇ ਨੇ ਉਹਨਾਂ ਨੂੰ ਵੀ ਸਾਈਡ 'ਤੇ ਕਰਨਾ ਆਉਂਦਾ। ਪਰਮਾਤਮਾ ਨੇ ਇੰਨਾ ਕੁ ਮੈਨੂੰ ਤਾਕਤ ਬਖਸ਼ੀ ਆ ਕਿਉਂਕਿ ਜਿੰਨਾ ਚਿਰ ਮੇਰੇ ਸਿਰ 'ਤੇ ਮੇਰੀ ਸੰਗਤ ਦਾ ਹੱਥ ਆ ਕੋਈ ਅੜਚਣ ਗੁਰਦਾਸਪੁਰ ਦੀ ਤਰੱਕੀ ਦੇ ਵਿੱਚ ਨਾ ਸਰਕਾਰ 'ਚ ਅਤੇ ਨਾ ਸਰਕਾਰ ਤੋਂ ਬਗੈਰ 'ਚ ਜੇ ਪਾੜਾ ਵਿਧਾਨ ਸਭਾ 'ਚ ਬੈਠਾ ਕੋਈ ਡਿਵੈਲਪਮੈਂਟ ਦਾ ਕੰਮ ਕੋਈ ਰੁਕ ਨਹੀਂ ਸਕਦਾ। ਜਿਹੜਾ ਵੀ ਕੰਮ ਲੋਕ ਕਹਿਣਗੇ ਆਉਣ ਵਾਲੇ ਦਿਨਾਂ 'ਚ ਸਾਰੇ ਕੰਮ ਸ਼ਹਿਰ ਦੇ ਫਿਰ ਉਸੇ ਤੇਜ਼ੀ ਦੇ ਨਾਲ ਚੱਲਣਗੇ ਕਿਉਂਕਿ 1 ਸਾਲ ਨਵਾਂ ਸਰਕਾਰ ਦਾ ਸਮਾਂ ਸੀਗਾ ਪੈਸੇ ਨਹੀਂ ਆਏ ਜਿਉਂ ਜਿਉਂ ਹੁਣ ਜਿਹੜਾ ਪਿਛਲਾ ਜਿਹੜਾ ਸਾਨੂੰ ਕੋਈ ਪੈਸੇ ਆਉਣਗੇ ਉਹ ਡਿਵੈਲਪਮੈਂਟ 'ਤੇ 1-1 ਰੁਪਈਆ ਜਿਹੜਾ ਲੱਗਦਾ ਰਹੇਗਾ। ਦੇਖੋ ਜਿਹੜਾ ਅੰਡਰ ਬ੍ਰਿਜ ਔਰ ਬੱਸ ਸਟੈਂਡ ਦੋਨੋਂ ਕੰਮ ਇਹ ਮੇਰੇ ਡਰੀਮ ਪ੍ਰੋਜੈਕਟ ਸੀ ਜਿਨ੍ਹਾਂ 'ਤੇ ਮੈਂ ਇਹ ਕਿਹਾ ਸੀਗਾ ਕਿ ਇਹ ਜੇ ਮੈਂ ਬਣਾ ਸਕਿਆ ਤਾਂ ਇਲੈਕਸ਼ਨ ਲੜਾਂਗਾ ਜੇ ਨਹੀਂ ਮੈਂ ਬਣਾ ਸਕਿਆ ਤਾਂ ਨਹੀਂ ਲੜਾਂਗਾ। ਮੈਂ ਆਪਦੇ ਵਾਅਦੇ 'ਤੇ ਪੱਕਾ ਰਿਹਾ ਔਰ ਉਹ ਬੱਸ ਸਟੈਂਡ ਜ਼ਰੂਰ ਸਾਰਿਆਂ ਨੂੰ ਪਤਾ ਕਿ 8-10 ਮਹੀਨੇ ਕਿਉਂ ਡਿਲੇ ਹੋਇਆ ਕਿੰਨਾ ਬੰਦਿਆਂ ਨੇ ਡਿਲੇ ਕਰਾਇਆ ਉਹਨਾਂ ਗੱਲਾਂ 'ਚ ਮੈਂ ਜਾਣਾ ਨਹੀਂ ਚਾਹੁੰਦਾ ਪਰ ਸੰਗਤ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਅਗਲੇ ਮਹੀਨੇ ਤੱਕ ਪੂਰਨ ਉਮੀਦ ਆ ਮੈਨੂੰ ਕਿ ਲਗਭਗ ਕੰਪਲੀਟ ਆ ਅੰਡਰ ਬ੍ਰਿਜ ਵੀ ਅਤੇ ਬੱਸ ਸਟੈਂਡ ਵੀ ਔਰ ਉਹਦਾ ਵੀ ਉਦਘਾਟਨ ਜਿਹੜਾ ਜਲਦੀ ਕਰਾਂਗੇ ਕਿਉਂਕਿ ਲੋਕਾਂ ਨੂੰ ਜੋ ਜਿਸ ਉਮੀਦ ਨਾਲ ਮੈਂ ਉਹ ਦੋਨੋਂ ਚੀਜ਼ਾਂ ਦੋਨੋਂ ਪ੍ਰੋਜੈਕਟ ਜਿਹੜੇ ਲੋਕਾਂ ਦੇ ਆਸਾਂ ਮੁਤਾਬਕ ਪੂਰੇ ਕਰਨੇ ਨੇ ਉਹ ਅਗਲੇ ਮਹੀਨੇ ਆਪਾਂ ਉਹ ਲੋਕਾਂ ਦੇ ਹਵਾਲੇ ਬੱਸ ਸਟੈਂਡ ਅਤੇ ਅੰਡਰ ਬ੍ਰਿਜ ਦੋਵੇਂ ਹੀ ਪੂਰਨ ਉਮੀਦ ਆ ਕਿ ਆਪਾਂ ਕਰਾਂਗੇ। ਨਗਰ ਕੌਂਸਲ ਦੇ ਪ੍ਰਧਾਨ ਖੜ੍ਹੇ ਆ ਅੱਜ ਰੇਹੜੀ ਮਾਰਕੀਟ ਵਾਲਿਆਂ ਨੇ ਵੀ ਇੱਕ ਅਪੀਲ ਕੀਤੀ ਆ ਕਿ ਉਹਨਾਂ ਨੂੰ ਉੱਥੇ ਵੀ ਰੋਜ਼ਗਾਰ ਦਿੱਤਾ ਜਾਏ ਕਿਉਂਕਿ ਬੱਸ ਸਟੈਂਡ ਦੇ ਲਾਗੇ 50-50 ਸਾਲ ਤੋਂ ਲੋਕ ਬੈਠੇ ਆ ਅਤੇ ਉਹਨਾਂ ਦੀਆਂ ਰੇਹੜੀਆਂ ਦਾ ਵੀ ਉੱਥੇ ਜਿਹੜਾ ਖਿਆਲ ਰੱਖਿਆ ਜਾਏ ਉਹਦੇ ਮਾਧਿਅਮ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਕਦੇ ਵੀ ਨਾ ਤਾਂ ਕੋਈ ਬੰਦਾ ਕਿਸੇ ਨੂੰ ਦੇਣ ਵਾਲਾ ਅਤੇ ਨਾ ਕੋਈ ਬੰਦਾ ਕਿਸੇ ਨੂੰ ਖੋਣ ਵਾਲਾ। ਜਦੋਂ ਪਰਮਾਤਮਾ ਨੇ ਜਨਮ ਦਿੱਤਾ ਤਾਂ ਉਹਦਾ ਨਾਲ ਦੀ ਨਾਲ ਹੀ ਹੱਲ ਵੀ ਜਿਹੜਾ ਪਰਮਾਤਮਾ ਲੱਭ ਕੇ ਰੱਖਦਾ। ਸੋ ਇਹ ਚਿੰਤਾ ਛੱਡ ਦਿਓ, ਉਹਦਾ ਹੱਲ ਵੀ ਮੇਰੇ ਦਿਮਾਗ 'ਚ ਹੈਗਾ ਔਰ ਉਹ ਕੱਢ ਕੇ ਦੇਵਾਂਗੇ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਉਹ ਬਿਲਕੁਲ ਨਹੀਂ ਹੋਣ ਦੇਵਾਂਗੇ। ਅੱਜ ਵਾਰਡ ਨੰਬਰ 4 ਦੇ ਵਿੱਚ ਜੋ ਲੰਬੇ ਸਮੇਂ ਤੋਂ ਇਹਨਾਂ ਦੀ ਡਿਮਾਂਡ ਸੀ ਇੱਥੇ ਆਪਾਂ ਅੱਜ ਉਦਘਾਟਨ ਕਰਨ ਪਹੁੰਚੇ ਹਾਂ।
ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਬਹੁਤ ਹੀ ਪੁਰਾਣੀ ਕਲੋਨੀ ਜਿਹੜੀ ਆ ਵਸੀ ਹੈ ਅਤੇ ਇੱਥੇ ਮੇਨ ਇਹਨਾਂ ਦੀ ਡਿਮਾਂਡ ਸੀ ਸੀਵਰੇਜ ਦੀ ਅਤੇ ਆਪਣੇ ਰੋਡਸ ਦੀ। ਸੋ ਪਹਿਲਾਂ ਸੀਵਰੇਜ ਜਿਹੜਾ ਇਹਦੇ 'ਚ ਪਾਇਆ ਗਿਆ ਅਤੇ ਉਸ ਤੋਂ ਬਾਅਦ ਅੱਜ ਅਸੀਂ ਦੋ ਟੈਂਡਰ ਲਗਾਏ ਸੀ 25-25 ਲੱਖ ਦੇ, ਉਹਦੇ 'ਚ ਆਪਾਂ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਪੱਥਰ ਪਾ ਦਿੱਤਾ ਸੀ, ਅੱਜ ਉਹਦਾ ਪ੍ਰੀਮਿਕਸ ਦਾ ਕੰਮ ਜਿਹੜਾ ਅਸੀਂ ਅੱਜ ਕਰਵਾਇਆ। ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਜਿਹੜੀਆਂ ਇੱਕ ਦੋ ਗਲੀਆਂ ਰਹਿ ਗਈਆਂ ਉਹਦਾ ਵੀ ਆਪਣੇ ਹਫ਼ਤੇ ਦੇ ਵਿੱਚ ਕੰਮ ਜਿਹੜਾ ਸਟਾਰਟ ਕਰਵਾਵਾਂਗੇ। ਇੱਕ ਇਹਨਾਂ ਦੀ ਹੋਰ ਛੋਟੀ ਜਿਹੀ ਡਿਮਾਂਡ ਹੈ ਲਾਈਟਸ ਦੀ, ਉਹ ਵੀ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਲਗਵਾ ਕੇ ਵਧੀਆ ਤਰੀਕੇ ਨਾਲ ਤੁਹਾਨੂੰ ਰੂਬਰੂ ਕਰਾਂਗੇ।